जे तुहानू है गड्डी दा शीशा थले रखण दी आदत तां जरा संभल के हुण चोर मौके दी तलाश दे विच रहिंदे ने। जरा गौर दे नाल देखो तस्वीरां। एक चोर दे वल्लों दिन दिहाड़े वड्डा कारनामा कीता गया। सारियां तस्वीरां सीसीटीवी दे विच कैद होईयां ने। गैस एजेंसी वाली गड्डी दे विच पिया पैसियां दे नाल भरिया बैग एक चोर लैके फरार हो गया। इस बैग दे विच 70,000 रुपए सन। बड़ी ही चलाकी दे नाल इह चोर दे वल्लों कारनामा कीता गया। सड़क चलदी है और बाजार दे विच लोकां दी चहल पहल भी नजर आ रही है। पीड़ित वल्लों पुलिस नूं सूचना दित्ती गई। तस्वीरां दे विच नजर आ रहा कि इस तरीके दे नाल एक दब्बे पैरी चोर गैस एजेंसी वाली गड्डी दे कोल आउंदा और गड्डी दे विचों पैसियां दे नाल भरिया बैग लैके फरार हो जांदा। दस दिए कि गड्डी दा टायर पेंचर हो गया, जिस तों बाद गड्डी दा ड्राइवर पेंचर लगवाउण लग पिया। इन्ने नूं ਉਹ ਗੱਡੀ ਦੇ ਪਿਛਲੇ ਪਾਸੇ ਕਿਸੇ ਨਾਲ ਗੱਲਾਂ ਕਰ ਰਿਹਾ ਸੀ। ਇੰਨੇ ਨੂੰ ਕੋਈ ਅਣਪਛਾਤਾ ਚੋਰ ਆਇਆ ਤੇ ਉਸ ਨੂੰ ਚਕਮਾ ਦੇ ਕੇ ਗੱਡੀ ਦੇ ਵਿੱਚ ਰੱਖਿਆ ਪੈਸਿਆਂ ਦੇ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਿਆ। ਤਸਵੀਰਾਂ ਜੰਡਿਆਲਾ ਗੁਰੂ ਦੇ ਵੈਰੋਵਾਲ ਰੋਡ ਤੇ ਸਥਿਤ ਰਜਵਾਹੇ ਦੇ ਕੋਲ ਦੀਆਂ ਨੇ, ਜਿੱਥੇ ਗੈਸ ਏਜੰਸੀ ਵਾਲੀ ਗੱਡੀ ਦੇ ਵਿੱਚ ਪਿਆ ਬੈਗ ਲੈ ਕੇ ਫਰਾਰ ਹੋ ਗਿਆ। ਇਸ ਬੈਗ ਦੇ ਵਿੱਚ 70,000 ਰੁਪਏ ਸਨ। ਸਾਰੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਵੇਂ ਬੈਗ ਚੋਰੀ ਕੀਤਾ ਔਰ ਕਿਵੇਂ ਭੱਜ ਕੇ ਦੂਜੀ ਸਾਈਡ ਸੜਕ ਤੇ ਗਿਆ ਜਿੱਥੇ ਉਸਦਾ ਸਾਥੀ ਮੋਟਰਸਾਈਕਲ ਤੇ ਖੜਾ ਸੀ। ਇਸ ਵਾਰਦਾਤ ਨੂੰ ਬੜੀ ਹੀ ਚਲਾਕੀ ਦੇ ਨਾਲ ਅੰਜਾਮ ਦਿੱਤਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ। ਜੇ ਤੁਹਾਨੂੰ ਇਹ ਗੱਡੀ ਦਾ ਸ਼ੀਸ਼ਾ ਥੱਲੇ ਰੱਖਣ ਦੀ ਆਦਤ ਤਾਂ ਜ਼ਰਾ ਸੰਭਲ ਕੇ ਹੁਣ ਚੋਰ ਮੌਕੇ ਦੀ ਤਲਾਸ਼ ਦੇ ਵਿੱਚ ਰਹਿੰਦੇ ਨੇ। ਜ਼ਰਾ ਗੌਰ ਦੇ ਨਾਲ ਦੇਖੋ ਤਸਵੀਰਾਂ। ਇੱਕ ਚੋਰ ਦੇ ਵੱਲੋਂ ਦਿਨ ਦਿਹਾੜੇ ਵੱਡਾ ਕਾਰਨਾਮਾ ਕੀਤਾ ਗਿਆ। ਸਾਰੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ। ਗੈਸ ਏਜੰਸੀ ਵਾਲੀ ਗੱਡੀ ਦੇ ਵਿੱਚ ਪਿਆ ਪੈਸਿਆਂ ਦੇ ਨਾਲ ਭਰਿਆ ਬੈਗ ਇੱਕ ਚੋਰ ਲੈ ਕੇ ਫਰਾਰ ਹੋ ਗਿਆ। ਇਸ ਬੈਗ ਦੇ ਵਿੱਚ 70,000 ਰੁਪਏ ਸਨ। ਬੜੀ ਹੀ ਚਲਾਕੀ ਦੇ ਨਾਲ ਇਹ ਚੋਰ ਦੇ ਵੱਲੋਂ ਕਾਰਨਾਮਾ ਕੀਤਾ ਗਿਆ। ਸੜਕ ਚੱਲਦੀ ਹੈ ਔਰ ਬਾਜ਼ਾਰ ਦੇ ਵਿੱਚ ਲੋਕਾਂ ਦੀ ਚਹਿਲ ਪਹਿਲ ਵੀ ਨਜ਼ਰ ਆ ਰਹੀ ਹੈ। ਪੀੜਤ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿ ਇਸ ਤਰੀਕੇ ਦੇ ਨਾਲ ਇੱਕ ਦੱਬੇ ਪੈਰੀ ਚੋਰ ਗੈਸ ਏਜੰਸੀ ਵਾਲੀ ਗੱਡੀ ਦੇ ਕੋਲ ਆਉਂਦਾ ਔਰ ਗੱਡੀ ਦੇ ਵਿੱਚੋਂ ਪੈਸਿਆਂ ਦੇ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਜਾਂਦਾ। ਦੱਸ ਦਈਏ ਕਿ ਗੱਡੀ ਦਾ ਟਾਇਰ ਪੈਂਚਰ ਹੋ ਗਿਆ, ਜਿਸ ਤੋਂ ਬਾਅਦ ਗੱਡੀ ਦਾ ਡਰਾਈਵਰ ਪੈਂਚਰ ਲਗਵਾਉਣ ਲੱਗ ਪਿਆ। ਇੰਨੇ ਨੂੰ ਉਹ ਗੱਡੀ ਦੇ ਪਿਛਲੇ ਪਾਸੇ ਕਿਸੇ ਨਾਲ ਗੱਲਾਂ ਕਰ ਰਿਹਾ ਸੀ। ਇੰਨੇ ਨੂੰ ਕੋਈ ਅਣਪਛਾਤਾ ਚੋਰ ਆਇਆ ਤੇ ਉਸ ਨੂੰ ਚਕਮਾ ਦੇ ਕੇ ਗੱਡੀ ਦੇ ਵਿੱਚ ਰੱਖਿਆ ਪੈਸਿਆਂ ਦੇ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਿਆ। ਤਸਵੀਰਾਂ ਜੰਡਿਆਲਾ ਗੁਰੂ ਦੇ ਵੈਰੋਵਾਲ ਰੋਡ ਤੇ ਸਥਿਤ ਰਜਵਾਹੇ ਦੇ ਕੋਲ ਦੀਆਂ ਨੇ, ਜਿੱਥੇ ਗੈਸ ਏਜੰਸੀ ਵਾਲੀ ਗੱਡੀ ਦੇ ਵਿੱਚ ਪਿਆ ਬੈਗ ਲੈ ਕੇ ਫਰਾਰ ਹੋ ਗਿਆ। ਇਸ ਬੈਗ ਦੇ ਵਿੱਚ 70,000 ਰੁਪਏ ਸਨ। ਸਾਰੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਵੇਂ ਬੈਗ ਚੋਰੀ ਕੀਤਾ ਔਰ ਕਿਵੇਂ ਭੱਜ ਕੇ ਦੂਜੀ ਸਾਈਡ ਸੜਕ ਤੇ ਗਿਆ ਜਿੱਥੇ ਉਸਦਾ ਸਾਥੀ ਮੋਟਰਸਾਈਕਲ ਤੇ ਖੜਾ ਸੀ। ਇਸ ਵਾਰਦਾਤ ਨੂੰ ਬੜੀ ਹੀ ਚਲਾਕੀ ਦੇ ਨਾਲ ਅੰਜਾਮ ਦਿੱਤਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ।